ਕਿੰਨੇ ਕੁ ਲੋਕਾਂ ਦੇ ਕੱਪੜੇ ਜਿਹੜੇ ਤੁਸੀਂ ਧੋ ਦਿੰਦੇ ਇੱਕ ਦਿਨ ਦੇ ਵਿੱਚ? ਕੋਈ ਗਿਣਤੀ ਨਹੀਂ, ਜਿੱਦਾਂ ਸਾਰੇ ਆਈ ਜਾਂਦੇ ਆ, ਕਿਸੇ ਨੂੰ ਨਾ ਨਹੀਂ, ਸਾਰਿਆਂ ਨੂੰ ਕਰਕੇ ਜਾਣੀ ਅੱਧੇ ਘੰਟੇ ਦੇ ਵਿੱਚ ਕੱਪੜੇ ਦੇ ਦੇਈਦੇ ਸੁਕਾ ਕੇ। ਜੋਸ਼ ਤਾਂ ਆਪਣੀ ਕੌਮ 'ਚੋਂ ਜਾਂਦਾ ਹੀ ਨਹੀਂ ਕਿਤੇ, ਨਾ ਇਹ ਹਾਰ ਮੰਨਣ ਵਾਲੇ ਆ। ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾਂਦਾ ਆ, ਕ੍ਰਾਈਮ ਤਾਂ ਸਾਰੀ ਜਗ੍ਹਾ ਆ, ਪਰ ਪੰਜਾਬ ਨੂੰ ਸਿਰਫ ਹਾਈਲਾਈਟ ਕਰਦੇ ਆ, ਕੋਈ ਜੋ ਇੱਥੇ ਜੋ ਚੀਜ਼ ਹੈ ਵੀ ਨਹੀਂ ਉਹ ਵੀ ਦਿਖਾਉਂਦੇ, ਸਾਰੀਆਂ ਡਾਂਗਾਂ ਵੀ ਬੰਦੂਕਾਂ ਬਣ ਗਈਆਂ ਇਹਨਾਂ ਲਈ ਤਾਂ। ਸਾਡੀਆਂ ਬੋਰੀਆਂ ਅਸੀਂ ਉਹ ਗੋਲੇ ਸਾਈਡ ਦੇ ਸਾਡੇ ਮੁੰਡੇ ਉੱਤੇ ਬੋਰੀਆਂ ਪਾਉਂਦੇ ਆ, ਉਹ ਵੀ ਪਤਾ ਨਹੀਂ ਕਿਹੜਾ ਕਵਚ ਬਣ ਗਿਆ, ਕਹਿੰਦੇ ਟ੍ਰੇਨਿੰਗ ਲੈ ਕੇ ਆਏ ਆ। ਅੱਜ ਕਹਿੰਦੇ ਵੀ ਠੀਕ ਆ, ਸੰਗਤ ਨਹੀਂ ਚਾਹੁੰਦੀ ਜਾਂ ਜਨਤਾ ਨਹੀਂ ਚਾਹੁੰਦੀ ਈਵੀਐਮ 'ਤੇ ਵੋਟ ਪਾਉਣੀ, ਵੀ ਆਪਾਂ ਈਵੀਐਮ ਬੰਦ ਕਰ ਦਿੰਦੇ ਹਾਂ, ਬੈਲਟ ਪੇਪਰ ਚੋਣ ਕਰਾ ਲੈਂਦੇ ਹਾਂ, ਫਿਰ ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਜਿਹੜਾ ਰਾਜਾ ਬੈਠਾ ਉਹਦੇ ਲਈ ਚਾਹੇ ਲੱਖ ਬੰਦਾ ਹੋਵੇ ਚਾਹੇ 10 ਬੰਦੇ ਹੋਣ, ਉਹਦਾ ਭਲਾ ਸੋਚਣਾ ਬਣਦਾ? ਚਾਹੇ ਸਾਨੂੰ ਕੋਈ ਵੀ ਨਾਮ ਦੇ ਦੇਵੇ, ਕੁਛ ਵੀ ਕਰੇ, ਅਸੀਂ ਇੱਥੇ ਬੈਠੇ ਸਾਡਾ ਦਰਦ ਤਾਂ ਜਾਣੇ ਆ ਕੇ ਅਸੀਂ ਕੀ ਹੰਢਾ ਰਹੇ ਹਾਂ ਇੱਥੇ। ਕਹਿਣਾ ਸੌਖਾ, ਘਰ ਰੂਮਾਂ 'ਚ ਬਹਿ ਕੇ ਗੱਲਾਂ ਮਾਰਨੀਆਂ ਸੌਖੀਆਂ, ਇਹ ਆ ਲੰਗਰ ਖਾ ਕੇ ਚੱਲ ਜਾਂਦੇ, ਉਹ ਖਾ ਕੇ ਚੱਲ ਜਾਂਦੇ ਆ, ਕੁਛ ਇੱਥੇ ਰਾਤ ਕੋਈ ਕੱਟ ਕੇ ਤਾਂ ਦੇਖੇ ਸਬਰ, ਤਾਂ ਕੋਈ ਦੇਖੇ ਕਰਕੇ ਤਾਂ ਦੇਖੇ ਕੋਈ ਸਬਰ। 13 ਫਰਵਰੀ ਤੋਂ ਲੈ ਕੇ ਕਿਸਾਨ ਲਗਾਤਾਰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ, ਭਾਵੇਂ ਉਹ ਖਣੌਰੀ ਦਾ ਬਾਰਡਰ ਹੋਵੇ ਭਾਵੇਂ ਸੰਭੂ ਬਾਰਡਰ ਹੋਵੇ, ਪਰ ਇਸ ਟਾਈਮ ਦੇ ਉੱਤੇ ਮੈਂ ਸੰਭੂ ਬਾਰਡਰ ਦੇ ਉੱਤੇ ਆਇਆ। 13 ਫਰਵਰੀ ਤੋਂ ਲੈ ਕੇ ਲਗਾਤਾਰ ਕਈ ਵਾਰੀ ਕਿਸਾਨਾਂ ਨੇ ਕੋਸ਼ਿਸ਼ ਵੀ ਕੀਤੀ ਦਿੱਲੀ ਨੂੰ ਜਾਣ ਦੀ, ਪਰ ਕੋਸ਼ਿਸ਼ ਕਰਕੇ ਨਾਕਾਮਯਾਬ ਰਹੀ ਕਿਉਂਕਿ ਪ੍ਰਸ਼ਾਸਨ ਦੇ ਪ੍ਰਬੰਧ ਤਕੜੇ ਸੀ। ਉਸ ਤੋਂ ਬਾਅਦ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਵੀ ਹੁੰਦੀਆਂ, ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੁੰਦੇ ਨੇ। ਜੇ ਕਿਸਾਨਾਂ ਦੀ ਗਿਣਤੀ ਦੀ ਗੱਲ ਕਰਾਂ ਤਾਂ ਵੱਡੀ ਗਿਣਤੀ ਆ, ਪਰ ਇਹ ਤਸਵੀਰ ਜਿਹੜੀ ਮੈਂ ਤੁਹਾਨੂੰ ਵਿਖਾਉਣ ਜਾ ਰਿਹਾ, ਜਦੋਂ ਦਿੱਲੀ ਅੰਦੋਲਨ ਹੁੰਦਾ, ਪਹਿਲਾ ਕਿਸਾਨ ਅੰਦੋਲਨ ਹੁੰਦਾ ਹੈ, ਅਤੇ ਉਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸੀ, ਤਾਂ ਉਸੇ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਹੁਣ ਜਿਹੜਾ ਸੰਭੂ ਬਾਰਡਰ ਹੋਵੇ ਜਾਂ ਖਣੌਰੀ ਬਾਰਡਰ ਹੋਵੇ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ। 22 ਹੁਣੀ ਨੇ ਜਿਹੜੇ ਇੱਥੇ ਕਿਸਾਨ ਡਟੇ ਹੋਏ ਨੇ, ਟਰਾਲੀਆਂ ਦੇ ਵਿੱਚ ਬੈਠੇ ਹੋਏ ਨੇ, ਉਹਨਾਂ ਦੇ ਕੱਪੜੇ ਜਿਹੜੇ ਧੋਣ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ। 22 ਹੁਣੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਆ ਬਾਈ ਜੀ ਆਪਣਾ? ਮੇਰਾ ਨਾਂ ਜੀ ਗੁਰਦੀਪ ਸਿੰਘ ਜੀ। ਕਿਹੜੀ ਜਗ੍ਹਾ? ਪਿੰਡ ਫਗਵਾੜਾ ਜੀ। ਹਾਂਜੀ। ਕਿੰਨੇ ਦਿਨਾਂ ਤੋਂ ਸ਼ੁਰੂ ਕੀਤੀ ਹੈ ਇਹ ਸੇਵਾ? ਇਹ ਹੋ ਗਿਆ 4-5 ਦਿਨ ਹੋ ਗਏ ਜੀ। ਜੀ ਹਾਂਜੀ, ਬਹੁਤ ਦਿੱਕਤ ਆ ਰਹੀ ਸਾਰਿਆਂ ਨੂੰ, ਫਿਰ ਸੇਵਾ ਸ਼ੁਰੂ ਕਰਨੀ ਪਈ। ਹਾਂਜੀ, ਇਸ ਤਰ੍ਹਾਂ ਦੀਆਂ ਤਸਵੀਰਾਂ ਦਿੱਲੀ ਵੀ ਦੇਖਣ ਨੂੰ ਮਿਲਦੀਆਂ ਸੀ। ਬਿਲਕੁਲ ਉਹੀ ਚੀਜ਼ ਆ, ਉਹ ਸ਼ੰਭੂ ਸੀ, ਉਹ ਸਿੰਘੂ ਸੀ, ਇਹ ਸ਼ੰਭੂ ਆ, ਥੋੜ੍ਹਾ ਫਰਕ ਆ ਜੀ। ਪਰ ਕਿਸਾਨ ਲਗਾਤਾਰ ਕੋਸ਼ਿਸ਼ ਤਾਂ ਕਰ ਰਿਹਾ ਦਿੱਲੀ ਜਾਣ ਦੀ, ਪਰ ਜਿਹੜੀ ਹੈਗੀ ਹਰਿਆਣਾ ਪੁਲਿਸ ਹੋਵੇ ਜਾਂ ਪੈਰਾਮਿਲਟਰੀ ਫੋਰਸ ਹੋਵੇ ਜਾਣ ਨਹੀਂ ਦੇ ਰਹੀ। ਜਾਵਾਂਗੇ ਜੀ, ਦੇਖੋ ਸਾਡੇ 'ਚ ਇਨਸਾਨ ਹੀ ਆ, ਤੇ ਆ ਨਾ ਉਹ ਮਤਲਬ ਹੁਣ ਜ਼ੁਲਮ ਕਰ ਰਹੇ ਪੂਰਾ, ਅਸੀਂ ਆਪਣਾ ਨੁਕਸਾਨ ਨਹੀਂ ਕਰਾਉਣਾ, ਜਾਵਾਂਗੇ ਤਾਂ ਜ਼ਰੂਰ ਪਰ ਬਿਨਾਂ ਨੁਕਸਾਨ ਕੀਤੇ। ਹਾਂਜੀ। ਕਿੰਨੇ ਕੁ ਲੋਕਾਂ ਦੇ ਕੱਪੜੇ ਜਿਹੜੇ ਤੁਸੀਂ ਧੋ ਦਿੰਦੇ ਹੋ ਇੱਕ ਦਿਨ ਦੇ ਵਿੱਚ? ਕੋਈ ਗਿਣਤੀ ਨਹੀਂ, ਜਿੱਦਾਂ ਸਾਰੇ ਆਈ ਜਾਂਦੇ ਆ, ਹੁਣ ਤਾਂ ਲਾਈਟ ਚੱਲ ਗਈ, ਜਿੱਦਾਂ ਆਈ ਜਾਂਦੇ ਸਾਰੇ, ਕਿਸੇ ਨੂੰ ਨਾ ਨਹੀਂ, ਸਾਰਿਆਂ ਨੂੰ ਕਰਕੇ ਜਾਣੀ ਅੱਧੇ ਘੰਟੇ ਦੇ ਵਿੱਚ ਕੱਪੜੇ ਦੇ ਦੇਈਦੇ ਸੁਕਾ ਕੇ। ਕਿੰਨੇ ਵਜੇ ਸ਼ੁਰੂ ਕਰਦੇ ਹੋ ਸੇਵਾ ਅਤੇ ਸ਼ਾਮ ਨੂੰ ਕਿੰਨੇ ਵਜੇ ਤੱਕ? ਸ਼ਾਮ ਦਾ ਕੋਈ ਟਾਈਮ ਨਹੀਂ, ਸਵੇਰ ਨੂੰ 7-8 ਵਜੇ ਸ਼ੁਰੂ ਹੋ ਜਾਂਦੀ ਆ। ਕੱਪੜੇ ਦੀ ਪਹਿਚਾਣ ਕਿੱਦਾਂ ਰਹਿੰਦੀ ਹੈ ਕਿ ਫਲਾਨੇ ਦੇ ਕੱਪੜੇ ਸੀ, ਉਹਦਾ ਕੀ ਤਰੀਕਾਕਾਰ ਵਰਤਦੇ ਹੋ? ਬੰਦਿਆਂ ਖੜੇ ਜੀ ਦੇਖ ਲਓ, ਆਪਣੇ ਆਪਣੇ ਲੈ ਕੇ ਜਾਂਦੇ ਨਾਲ ਜਾਂਦੇ, ਜੇ ਕੋਈ ਗਲਤੀ ਨਾਲ ਕੋਈ ਲੈ ਵੀ ਜਾਂਦਾ ਨਾ, ਰਲ ਜਾਂਦੇ ਆ, ਉਹ ਵਾਪਸ ਮੋੜ ਜਾਂਦੇ। ਕੱਲ੍ਹ ਇੱਦਾਂ ਹੋਇਆ, ਇੱਕ ਭਾਜੀ ਹੁਣੀ ਆਏ, ਕਹਿੰਦੇ ਮੇਰੇ ਕੱਪੜੇ ਸੀਗਾ ਯਾਰ, ਉਹ ਬੰਦਾ ਗਲਤੀ ਨਾਲ ਲੈ ਗਿਆ, ਉਹ ਬਾਅਦ 'ਚ ਉਸ ਵੇਲੇ ਮੋੜਨ ਵੀ ਆ ਗਿਆ 15-20 ਮਿੰਟਾਂ ਬਾਅਦ। ਅੱਛਾ। ਕਿਉਂਕਿ ਇੱਥੇ ਸਾਰੇ ਇਹੀ ਪਛਾਣ ਆ, ਇਹੀ ਇੱਥੇ ਮਤਲਬ ਕਿ ਇੱਕ ਸਿੱਖਿਆ ਮਿਲਦੀ ਆ ਕਿ ਕੋਈ ਫਾਇਦਾ ਨਹੀਂ ਉਠਾਉਣ ਵਾਲਾ ਹੈਗਾ, ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਆ, ਕੋਈ ਫਾਇਦਾ ਨਹੀਂ ਚੱਕਦਾ। ਤਾਂ ਜਿਸ ਹਿਸਾਬ ਨੇ ਤੁਹਾਡੇ ਕੋਲ ਤਾਂ ਬਹੁਤ ਸਾਰੇ ਕਿਸਾਨ ਆਉਂਦੇ ਹੋਣਗੇ, ਉਹੀ ਜੋਸ਼ ਆ ਕਿਸਾਨਾਂ ਜਿਹੜਾ ਦਿੱਲੀ ਸੀ? ਬਿਲਕੁਲ ਜੀ, ਬਿਲਕੁਲ ਜੋਸ਼ ਲੈ ਕੇ ਇੱਥੇ ਤੱਕ ਆਏ ਹਾਂ। ਜੋਸ਼ ਤਾਂ ਆਪਣੀ ਕੌਮ 'ਚੋਂ ਜਾਂਦਾ ਹੀ ਨਹੀਂ ਕਿਤੇ, ਨਾ ਇਹ ਹਾਰ ਮੰਨਣ ਵਾਲੇ ਆ। ਦਿੱਲੀ ਵੀ ਤੁਸੀਂ ਸੇਵਾ ਕਰਦੇ ਰਹੇ? ਹਾਂਜੀ, ਦਿੱਲੀ ਵੀ ਕਰਦੇ ਰਹੇ। ਕੀ ਸੇਵਾ ਕਰਦੇ ਰਹੇ? ਦਿੱਲੀ ਸਾਡੀ ਲੰਗਰਾਂ ਦੀ ਹੁੰਦੀ ਸੀਗੀ, ਜਾਂ ਉੱਥੇ ਜਿੱਥੇ KFC ਕੋਲ, ਉੱਥੇ ਵੀ ਉਹਨਾਂ ਨਾਲ ਕਰਾ ਦਿੰਦੇ ਹੁੰਦੇ ਸੀਗੇ ਕੱਪੜਿਆਂ ਦੀ, ਉੱਥੇ ਵੀ ਜਾਂ
ਕਿਤੇ ਜਿੱਥੇ ਮੌਕਾ ਮਿਲਦਾ ਸੀ ਉੱਥੇ ਕਰ ਲੈਂਦੇ ਹੁੰਦੇ ਸੀ। ਇੱਥੇ ਤਾਂ ਹੁਣ ਪੱਕੇ ਡੇਰਾ ਲਾ ਲਿਆ, ਇੱਥੇ ਪੱਕਾ ਡੇਰਾ ਲਾਇਆ ਜਾਂ ਦਿੱਲੀ ਲਾਉਣਾ? ਨਹੀਂ ਲਾਵਾਂਗੇ ਦਿੱਲੀ ਵੀ, ਇੱਦਾਂ ਨਹੀਂ। ਇਹ ਤਾਂ ਹੁਣ ਸਰਕਾਰ 'ਤੇ ਆ ਕਿੱਦਾਂ ਅੱਗਿਓਂ ਕਰਦੀ ਆ, ਹਜੇ ਅਸੀਂ ਹੁਣ ਠੰਡ ਥੋੜ੍ਹੀ ਰੱਖ ਲਈ ਆ, ਦੇਖਦੇ ਹੋ ਕੀ ਕਰਦੇ ਅੱਗੇ ਜੀ। ਤਾਂ ਜਿਹੜੇ ਕਿਸਾਨ ਨੇ ਉਹ ਹਰਿਆਣਾ ਤੋਂ ਆਉਣ, ਭਾਵੇਂ ਕਿਤੋਂ ਵੀ ਆਉਣ, ਤਾਮਿਲਨਾਡੂ ਦੇ ਕਿਸਾਨ ਵੀ ਆਏ, ਇੱਥੇ ਹਿਮਾਚਲ ਦੇ ਵੀ ਆਏ, ਉਹ ਕਹਿੰਦੇ ਪੰਜਾਬ 'ਚ ਜਿਸ ਤਰ੍ਹਾਂ ਦੀ ਭਾਵਨਾ, ਜਿਸ ਤਰ੍ਹਾਂ ਦੀ ਦਲੇਰੀ ਜਾਂ ਇੱਕ ਸੇਵਾ ਦੀ ਭਾਵਨਾ ਹੋਰ ਸਟੇਟ 'ਚ ਦੇਖਣ ਨੂੰ ਨਹੀਂ ਮਿਲਦੀ, ਅਜਿਹਾ ਕੀ ਆ ਪੰਜਾਬ 'ਚ? ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਸੇਵਾ ਕਰਦੇ ਹੋ? ਸਾਡੀ ਜੀ ਗੁਰੂਆਂ ਪੀਰਾਂ ਦੀ ਧਰਤੀ ਆ, ਇਹ ਉਹੀ ਸਾਨੂੰ ਕੁਛ, ਸਾਡੀ ਮਿੱਟੀ ਪੰਜਾਬ ਦੀ ਇੱਦਾਂ ਦੀ ਆ, ਕੁਛ ਪਿੱਛਿਓਂ ਯੋਧਿਆਂ ਦਾ ਗੁਰੂਆਂ ਪੀਰਾਂ ਖੂਨੇ ਇੱਦਾਂ ਦਾ ਜਿਹੜਾ ਸਾਨੂੰ ਪ੍ਰੇਰਿਤ ਕਰਦਾ, ਨਹੀਂ ਤਾਂ ਅਸੀਂ ਕੌਣ ਆ? ਹੋਰ ਵੀ ਦੁਨੀਆ ਵੱਸਦੀ ਆ ਜੀ, ਅਸੀਂ ਵੀ ਵੱਸਦੇ ਹਾਂ, ਅਸੀਂ ਇਸ ਚੀਜ਼ ਨੂੰ ਵੱਧ ਚੜ੍ਹ ਕੇ ਕਰਦੇ ਹਾਂ, ਹੋਰ ਕੋਈ ਕਰਦਾ ਨਹੀਂ ਹੈਗਾ ਸਾਡੇ 'ਚ। ਜਿੱਥੇ ਮਰਜ਼ੀ ਚੱਲ ਜਾਓ, ਅਸੀਂ ਜਦੋਂ ਸਾਡੀ ਕੌਮ ਕਿਸੇ ਹੋਰ ਸਟੇਟਾਂ ਦੇ ਵਿੱਚ ਜਾ ਕੇ ਹੈਲਪ ਕਰਦੀ ਆ, ਖਾਲ ਸਾਈਡ ਮੰਨ ਲਓ ਕੇਰਲਾ 'ਚ ਭੁਚਾਲ ਹੈ ਜਾਂ ਹੋਰ ਕਿਤੇ ਆਏ ਕਰਦੀ ਆ ਇੰਡੀਆ ਦੇ ਵਿੱਚ, ਤਾਂ ਉਦੋਂ ਉਹਨਾਂ ਨੂੰ ਸਨਮਾਨਿਤ ਕਰਨ ਤੱਕ ਜਾਂਦੇ ਆ। ਜਦੋਂ ਸਾਡੀ ਕੌਮ ਦੇ ਵਿੱਚ ਰਹਿ ਕੇ ਸੇਵਾ ਕਰਦੇ ਆ ਤਾਂ ਫਿਰ ਉਹ ਹੋਰੇ ਰੂਪ ਲੈ ਕੇ ਉਹਨਾਂ ਨੂੰ ਨਾਂ ਦਿੱਤਾ ਜਾਂਦਾ ਹੈ, ਉਹਨਾਂ ਦੇ ਅਕਾਊਂਟ ਤੱਕ ਬੰਦ ਕਰ ਦਿੱਤੇ ਜਾਂਦੇ। ਜਦੋਂ ਕੇਰਲਾ ਦੇ ਵਿੱਚ ਉਦੋਂ ਰਵੀ ਸਿੰਘ ਖਾਲਸਾ ਨੂੰ ਗੌਰਮੈਂਟ ਉਦੋਂ ਮਤਲਬ ਸਨਮਾਨਿਤ ਵੀ ਕਰਨਾ ਚਾਹੁੰਦੀ ਸੀ, ਪਰ ਉਹਨਾਂ ਨੇ ਮਨਾ ਕਰ ਦਿੱਤਾ ਕਿ ਮੈਂ ਸਨਮਾਨਿਤ ਨਹੀਂ ਲੈਣਾ, ਅਤੇ ਹੁਣ ਉਹੀ ਰਵੀ ਸਿੰਘ ਉਹਨਾਂ ਲਈ ਕੁਛ ਗਲਤ ਬਣ ਗਿਆ। ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਫਿਲਮਾਂ ਬਣੀਆਂ, ਪੰਜਾਬ ਦੇ ਨੌਜਵਾਨਾਂ ਦੇ ਨਾਵਾਂ ਦੇ ਨਾਲ ਬਹੁਤ ਸਾਰਾ ਕੁਛ ਜੋੜ ਦਿੱਤਾ ਗਿਆ ਕਿ ਪੰਜਾਬ 'ਚ ਨਸ਼ੇ ਬੜੇ ਨੇ, ਪੰਜਾਬ 'ਚ ਆਹ ਬੜਾ ਕੁਝ ਹੈ, ਪਰ ਇੱਥੋਂ ਦੀਆਂ ਤਸਵੀਰਾਂ ਘੱਟ ਦਿਖਾਈਆਂ ਜਾਂਦੀਆਂ ਤੁਹਾਡੇ ਹਿਸਾਬ ਦੇ ਨਾਲ ਵੀ, ਜਿਸ ਹਿਸਾਬ ਦੇ ਨਾਲ ਉਹ ਫਿਲਮਾਂ ਬਣ ਜਾਂਦੀਆਂ ਫਿਰ? ਇਹ ਭਾਅ ਜੀ ਸ਼ੁਰੂ ਤੋਂ ਸਾਜਿਸ਼ ਰਹੀ ਆ ਪੰਜਾਬ ਨੂੰ ਬਦਨਾਮ ਕਰਨ, ਨਸ਼ਾ ਜੇ ਮੰਨੀਏ, ਕ੍ਰਾਈਮ ਮੰਨੀਏ, ਪੰਜਾਬ ਨਾਲੋਂ ਵੱਧ ਹੋਰ ਸਟੇਟਾਂ 'ਚ ਆ। ਤੁਸੀਂ ਦੇਖਿਆ ਹੀ ਆ ਹੁਣ ਜਿਹੜਾ ਬਾਹਰੋਂ ਕਪਲ ਆਇਆ ਸੀ, ਟੂਰਿਸਟ ਕਪਲ, ਬਾਈਕ 'ਤੇ ਰਾਈਡਰ ਸੀਗੇ, ਉਹ ਉਹਨਾਂ ਦੇ ਨਾਲ ਕੀ ਹੋਇਆ ਝਾਰਖੰਡ ਦੇ ਵਿੱਚ, ਕੁੜੀ ਦਾ ਨਜਾਇਜ਼ ਫਾਇਦਾ ਚੱਕਿਆ ਗਿਆ, 10-15 ਜਾਣੇ ਉਹ ਪੰਜਾਬ 'ਚੋਂ ਵੀ ਘੁੰਮ ਕੇ ਗਏ ਆ, ਇੱਥੇ ਫੈਮਲੀਆਂ ਆਉਂਦੀਆਂ ਆ, ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ। ਪੰਜਾਬ ਨੂੰ ਸਿਰਫ ਬਦਨਾਮ ਕੀਤਾ ਜਾਂਦਾ ਆ, ਕ੍ਰਾਈਮ ਤਾਂ ਸਾਰੀ ਜਗ੍ਹਾ ਆ, ਪਰ ਪੰਜਾਬ ਨੂੰ ਸਿਰਫ ਹਾਈਲਾਈਟ ਕਰਦੇ ਆ, ਕੋਈ ਜੋ ਇੱਥੇ ਜੋ ਚੀਜ਼ ਹੈ ਵੀ ਨਹੀਂ ਉਹ ਵੀ ਦਿਖਾਉਂਦੇ, ਸਾਰੀਆਂ ਡਾਂਗਾਂ ਵੀ ਬੰਦੂਕਾਂ ਬਣ ਗਈਆਂ ਇਹਨਾਂ ਲਈ ਤਾਂ, ਸਾਡੀਆਂ ਬੋਰੀਆਂ, ਅਸੀਂ ਉਹ ਗੋਲੇ ਸਾਈਡ ਦੇ ਸਾਡੇ ਮੁੰਡੇ ਉੱਤੇ ਬੋਰੀਆਂ ਪਾਉਂਦੇ ਆ, ਉਹ ਵੀ ਪਤਾ ਨਹੀਂ ਕਿਹੜਾ ਕਵਚ ਬਣ ਗਿਆ, ਕਹਿੰਦੇ ਟ੍ਰੇਨਿੰਗ ਲੈ ਕੇ ਆਏ ਆ। ਤੁਹਾਡੇ 'ਤੇ ਇਲਜ਼ਾਮ ਲੱਗਦੇ ਨੇ? ਉਹ ਸ਼ੁਰੂ ਤੋਂ ਲੱਗਦੇ ਪੰਜਾਬ 'ਤੇ, ਤਾਂ ਪੰਜਾਬ ਪਰ ਦੱਬਦਾ ਨਹੀਂ ਕੁਛ, ਖੂਨੇ ਮਿੱਟੀ ਹਵਾ ਪਾਣੀ ਇੱਦਾਂ ਦਾ ਆ। ਜਿਹੜਾ ਕਿਸਾਨ ਆ ਉਹ ਉਹਨੂੰ ਦੇਸ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਤੁਹਾਡੀ ਚੁਣੀ ਹੋਈ ਸਰਕਾਰ ਹੈ ਅੱਜ ਤੁਹਾਡੇ 'ਤੇ ਇਸ ਤਰ੍ਹਾਂ ਦਾ ਕਿਉਂ ਕਰਦੀ ਆ? ਭਾਜੀ ਮਸ਼ੀਨਾਂ ਦੀ ਚੁਣੀ ਹੋਆ, ਬੰਦਿਆਂ ਦੀ ਚੁਣੀ, ਬੰਦਿਆਂ ਦੀ ਇਹ ਮਸ਼ੀਨਾਂ ਦੀ ਚੁਣੀ ਹੋਆ ਜੀ। ਅੱਜ ਮਸ਼ੀਨਾਂ ਈ ਵੀ ਐਮ ਬੰਦ ਕਰ ਦੇਣ, ਫਿਰ ਇਹਨਾਂ ਨੂੰ ਡਰ ਕਾਹਦਾ ਜੀ? ਜੇ ਹੇਰਾਫੇਰੀ ਕਰਦੇ ਨਹੀਂ ਇਹਨਾਂ ਨੂੰ ਈ ਵੀ ਐਮ ਬੰਦ ਕਰਨ 'ਤੇ ਡਰ ਕਾਹਦਾ ਆ? ਕਿਉਂ ਡਰ ਸਤਾਉਂਦਾ ਇਹਨਾਂ ਨੂੰ? ਅੱਜ ਕਹਿੰਦੇ ਵੀ ਠੀਕ ਆ, ਸੰਗਤ ਨਹੀਂ ਚਾਹੁੰਦੀ ਜਾਂ ਜਨਤਾ ਨਹੀਂ ਚਾਹੁੰਦੀ ਈ ਵੀ ਐਮ 'ਤੇ ਵੋਟ ਪਾਉਣੀ, ਵੀ ਆਪਾਂ ਈ ਵੀ ਐਮ ਬੰਦ ਕਰ ਦਿੰਦੇ ਹਾਂ, ਬੈਲਟ ਪੇਪਰ ਚੋਣ ਕਰਾ ਲੈਂਦੇ ਹਾਂ, ਫਿਰ ਤਾਂ ਆਪ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਨਾਲੇ ਫਿਰ ਈ ਵੀ ਐਮ ਨੂੰ ਜੱਫਾ ਕਿਉਂ ਮਾਰ ਕੇ ਬੈਠੇ ਆ? ਛੱਡਦੇ ਕਿਉਂ ਨਹੀਂ ਉਹਨੂੰ? ਅਮੈਰੀਕਾ, ਕਨੇਡਾ, ਇੰਗਲੈਂਡ ਸਾਰੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਐਡਵਾਂਸ ਕੰਟਰੀ ਕਹਿੰਦੇ ਆ, ਉੱਥੇ ਈ ਵੀ ਐਮ 'ਤੇ ਯੂਜ਼ ਨਹੀਂ ਹੁੰਦਾ, ਕਾਰਨ ਇੱਥੇ ਇੰਡੀਆ ਕਿਉਂ ਜੱਫਾ ਮਾਰ ਕੇ ਬੈਠੀ ਆ? ਬੀਜੇਪੀ ਕਿਉਂ ਜੱਫਾ ਮਾਰ ਕੇ ਬੈਠੀ ਆ? ਜੇ ਤੁਸੀਂ ਕੋਈ ਵੋਟ ਪਾਉਂਦੇ ਆ ਤੁਹਾਡਾ ਪੁੱਛਣਾ ਅਧਿਕਾਰ ਤਾਂ ਹੈਗਾ ਹੀ ਆ। ਹੁਣ ਤੁਸੀਂ ਕੈਮਰਾ ਲੈ ਕੇ ਆਏ, ਮੈਨੂੰ ਕੋਈ ਸਵਾਲ ਕਰੂਗਾ, ਜਵਾਬ ਤਾਂ ਮੈਂ ਹੀ ਦੇਣਾ ਨਾ, ਚਾਹੇ ਉਹਦਾ ਨਤੀਜਾ ਕੋਈ ਵੀ ਕੀ ਨਿਕਲਦਾ ਹੁੰਦਾ। ਇੱਦਾਂ ਹੀ ਸਰਕਾਰਾਂ ਆ, ਸਰਕਾਰਾਂ ਦੇ ਨੀਤ ਔਰ ਨੀਅਤ 'ਚ ਫਰਕ ਆ, ਬਾਕੀ ਹੋਰ ਕੋਈ ਗੱਲ ਨਹੀਂ, ਹੈ ਸਭ ਕੁਛ ਹੀ ਆ। ਇਹਨਾਂ ਨੇ ਸਾਰਾ ਜਿਹੜਾ ਕਾਰਪੋਰੇਟ ਪਲੱਸ ਜਿਹੜੇ ਇਹਨਾਂ ਦੇ ਕਰਪਟਰ ਹੈਗੇ ਆ, ਜ਼ਿਆਦਾ ਕਰਪਸ਼ਨ ਕਰਦੇ ਆ, ਉਹਨਾਂ ਦੇ ਵੇਚ ਰੱਖਿਆ ਸਭ ਕੁਛ, ਜਾਣੀ ਕੀ ਹੁਣ ਸਾਨੂੰ ਤਾਂ ਕਹਿਣ ਦੀ ਕੀ ਲੋੜ, ਤੁਸੀਂ ਜ਼ਿਆਦਾ ਦੇਖਦੇ ਹਾਂ। ਪਰ ਆਪਾਂ ਬੇਨਤੀ ਕਰਨਾ ਚਾਹੁੰਦੇ ਹੁਣ ਵੀ ਸਰਕਾਰ ਨੂੰ, ਵੀ ਹਾਲੇ ਵੀ ਮੌਕਾ ਆ, ਪਹਿਲਾਂ 13 ਮਹੀਨੇ ਬਈ ਬਾਅਦ ਜਾ ਕੇ ਗੁਰੂ ਘਰ ਤੋਂ ਮਾਫ਼ੀ ਮੰਗੀ ਸੀ, ਹੁਣ ਕਿਤੇ ਜ਼ਿੰਦਗੀ ਦੀ ਮਾਫ਼ੀ ਨਾ ਮੰਗਾ ਕੇ ਬਹਿ ਜਾਵੇ, ਨਤੀਜੇ ਮਾੜੇ ਨਿਕਲਣੇ ਆ।
ਜਿਹੜੇ ਸੂਬਾ ਪ੍ਰਧਾਨ ਨੇ ਭਾਜਪਾ ਦੇ ਸੁਨੀਲ ਜਾਖੜ, ਉਹਨਾਂ ਦੀ ਇੱਕ ਸਟੇਟਮੈਂਟ ਆਉਂਦੀ ਆ, ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਜਿਹੜਾ ਪੰਜਾਬ ਦਾ ਕਿਸਾਨ ਆ ਇਹਨੂੰ ਫੋਕੀ ਹਵਾ ਸਿਕਾ ਦਿੰਦੇ ਨੇ ਕਿ ਤੁਸੀਂ ਬਹੁਤ ਦਲੇਰ ਹੋ, ਤੁਸੀਂ ਇਸ ਤਰ੍ਹਾਂ ਕਰ ਦਿਓ। ਦੂਜੀਆਂ ਜਿਹੜੀਆਂ ਸਟੇਟਾਂ ਕਹਿੰਦੇ ਇਹਨਾਂ ਦੇ ਮੋਢੇ 'ਤੇ ਰੱਖ ਕੇ ਚਲਾ ਰਹੀਆਂ, ਇਸ ਕਰਕੇ ਕਿਸਾਨਾਂ ਨੂੰ ਕਹਿੰਦੇ ਬਚਣਾ ਚਾਹੀਦਾ। ਇਹ ਵੀ ਤਾਂ ਕਿਸਾਨ ਹੀ ਆ, ਇਹਨੂੰ ਨਹੀਂ ਪਤਾ ਕੀ ਚਾਹੀਦਾ, ਆਪਣੀ ਵਾਰ ਮੰਗ ਕਿਉਂ ਕਰਦੇ ਆ। ਜਦੋਂ ਸਿਲੰਡਰ 14-13 ਦੇ ਵਿੱਚ ਇਹ ਸਿਰ 'ਤੇ ਸਿਲੰਡਰ ਚੱਕ ਕੇ ਘੁੰਮਦੇ ਸੀਗੇ, ਉਦੋਂ 400 ਰੁਪਈਆ ਸਿਲੰਡਰ ਮਹਿੰਗਾ ਲੱਗਦਾ ਸੀ, ਹੁਣ 1300 ਤੋਂ ਮੁੜਿਆ, ਫਰਕ ਤਾਂ 1000 ਦਾ ਹੀ ਪਿਆ ਹਰ ਚੀਜ਼ ਦੇ ਉੱਤੇ। 14 'ਚ ਤੇਲ ਜਿਹੜਾ 46 ਰੁਪਈਏ ਸੀਗਾ, ਹੁਣ 100 ਤੋਂ ਮੁੜਿਆ। ਤੁਸੀਂ ਦੇਖੋ 1947 ਤੋਂ ਲੈ ਕੇ 2014 ਤੱਕ 46 ਰੁਪਈਏ ਰੇਟ ਹੋਇਆ, ਅਤੇ ਅੱਜ 2014 ਤੋਂ ਲੈ ਕੇ 23 ਤੱਕ 95-96 ਹੋ ਗਿਆ। 1900 ਦੇਸ਼ ਆਜ਼ਾਦ ਹੋਣ ਤੋਂ ਤੱਕ 46-47 ਰੁਪਏ 50 ਰੁਪਏ ਤੱਕ ਰਿਹਾ, ਅੱਜ ਉਹ ਡਬਲ ਹੋ ਗਿਆ ਸਿਰਫ 10-11 ਸਾਲਾਂ ਦੇ ਵਿੱਚ। ਹੁਣ ਇਹ ਦੇਖੋ ਮਹਿੰਗਾਈ ਕੌਣ ਕਰਦਾ, ਕਿਹਨੇ ਕੀਤੀ ਮਹਿੰਗਾਈ, ਇਸ ਹਿਸਾਬ ਨਾਲ ਭਾਜੀ ਫਸਲਾਂ ਰੇਟ ਵੀ ਵਧਾ ਦੇਣਾ। 60% ਤੇਲ 'ਚ ਮਹਿੰਗਾਈ ਹੋਈ ਆ, 60% ਮੰਨ ਲਓ, 60% ਅੱਜ ਦੀ ਡੇਟ ਦੇ ਵਿੱਚ, ਜੇ 14 ਦੇ ਵਿੱਚ 1900 ਰੁਪਈਆ ਸੀਗਾ ਕਣਕ ਦਾ ਰੇਟ, 60% ਦੇ ਹਿਸਾਬ ਨਾਲ ਦੇਖ ਲਓ ਕਿੱਥੇ ਹੋਣਾ ਚਾਹੀਦਾ। 2175 ਆ ਸਰ, ਅਤੇ ਖਾਦ ਉਹ ਇਹ ਵੀ 3500 ਰੁਪਈਆ ਕਰ ਦੇਣਾ ਕਣਕ ਦਾ ਵੀ, ਵਧਾਈ ਨਾ ਜਿੰਨਾ ਕੁ ਬੋਲੋ ਤੁਸੀਂ, ਕੋਈ ਗੱਲ ਨਹੀਂ। ਜਿਹੜੀ ਸਬਸਿਡੀ ਦੇ ਰਹੇ ਖਾਦ 'ਤੇ ਉਹ ਵੀ ਕਹਿੰਦੇ ਅੱਗੇ ਨਹੀਂ ਮਿਲਣੀ, ਛੱਲੀ ਇਹਨਾਂ ਦੀ 5 ਰੁਪਏ, 5 ਰੁਪਏ ਵਾਲੀ ਛੱਲੀ ਮੋਲ ਵਿੱਚ ਜਾ ਕੇ 95 ਰੁਪਏ ਦੀ ਵਿਕਦੀ ਆ, ਇੱਕ ਪੈਕਿੰਗ ਕਰਨ ਦਾ ਹੀ ਮੁੱਲ ਆ। ਇਹੀ ਚਾਹੁੰਦੇ ਆ ਇਹ ਵੀ ਸਾਰੇ ਬਾਹਰ ਚਲ ਜਾਣ, ਵੀ ਅਸੀਂ ਤਾਂ ਤੁਹਾਡੇ ਨਰਮੇ ਦੀਆਂ ਸਿੱਕਰੀਆਂ ਤੱਕ ਵਿਕ ਜਾਂਦੀਆਂ। ਬਿਲਕੁਲ, ਦੇਖੋ ਜ਼ਿੰਦਗੀ ਪਤਾ ਕੀ ਆ, ਕਿਸਾਨ ਤਾਂ ਇੱਕ ਸੋਨਾ ਵੀ ਧੁੱਪੇ ਲੈ ਕੇ ਬੈਠਾ, ਅਤੇ ਜ਼ਿੰਦਗੀ ਵੀ ਧੁੱਪੇ ਲੈ ਕੇ ਬੈਠਾ, ਪਰਿਵਾਰ ਵੀ ਧੁੱਪੇ ਲੈ ਕੇ ਬੈਠਾ, ਪਸ਼ੂ ਵੀ ਧੁੱਪੇ ਲੈ ਕੇ ਬੈਠਾ। ਹਰ ਦੁਕਾਨਦਾਰ ਜਿੰਦਾ ਲਾ ਸਕਦਾ, ਜ਼ਿਮੀਂਦਾਰ ਥੋੜ੍ਹਾ ਆਪਣੀ ਫਸਲ ਨੂੰ ਜਿੰਦਾ ਲਾ ਸਕਦਾ, ਚਾਹੇ ਪਰਮਾਤਮਾ ਦਾ ਮਾਲ ਰੱਖ ਲਓ, ਚਾਹੇ ਚੋਰੀ ਦੀ ਰੱਖ ਲਓ, ਚਾਹੇ ਕਿਸੇ ਤਰ੍ਹਾਂ ਵੀ ਰੱਖ ਲਓ, ਉਹ ਤਾਂ ਰੱਬ ਭਰੋਸੇ ਹੀ ਹੈ ਨਾ। ਜਦੋਂ ਕੋਈ ਵੀ ਗੱਲ ਹੁੰਦੀ ਆ ਆਪਾਂ ਕਹਿੰਦੇ ਕੋਈ ਗੱਲ ਨਹੀਂ ਪਰਮਾਤਮਾ ਭਲਾ ਕਰੇ, ਆਪਾਂ ਤਾਂ ਭਲਾ ਕਰਨ ਦੀ ਗੱਲ ਕਰਦੇ ਨਾ, ਅਤੇ ਇਹੀ ਸਬਰ ਆ, ਇਹੀ ਸਭ ਕੁਛ ਆ ਇਹਦੇ। ਜੇ ਪਤਾ ਗੱਲ ਕੀ ਆ, ਜਦੋਂ ਕਿਸੇ ਚੀਜ਼ ਦਾ ਨਾ ਅੰਤ ਹੋ ਜਾਂਦਾ ਜਾਂ ਘੜਾ ਭਰ ਜਾਂਦਾ, ਨਤੀਜੇ ਬਹੁਤ ਮਾੜੇ ਨਿਕਲਦੇ ਮੇਰਾ ਵੀਰ। ਸਰਕਾਰ ਨੂੰ ਆਪਾਂ ਤਾਂ ਹੁਣ ਵੀ ਬਈ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਨਾ ਹੋਵੇ ਮੁੜ ਕੇ ਸਾਂਭੇ ਨਾ ਜਾਣ, ਔਖਾ ਹੋਣਾ ਹੋਵੇ। ਜਿਹੜੀਆਂ MSP ਦਾ ਜ਼ਿਕਰ ਹੋਇਆ, ਜਦੋਂ ਭਗਵੰਤ ਸਿੰਘ ਮਾਨ ਹੋਣੇ ਸਰਕਾਰ 'ਚ ਨਹੀਂ ਸੀ, ਉਹਨਾਂ ਨੇ ਵੀ ਤੁਹਾਡੇ ਨਾਲ ਇੱਕ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਦੇ ਦਾਂਗੇ 23 ਫਸਲਾਂ 'ਤੇ MSP ਸਾਡੀ ਸਰਕਾਰ ਬਣਾ ਦਿਓ, ਹੁਣ ਉਹ ਵੀ ਕਿਸੇ ਗੱਲ 'ਤੇ ਨਹੀਂ ਆਉਂਦੇ। ਭਾਜੀ ਸਭ ਚੱਟੇ ਬੱਟੇ ਇੱਕੋ ਹੀ ਆ, ਉਹ ਇਹ ਆ ਵੀ ਆ, ਫਰਕ ਕੁਛ ਨਹੀਂ ਆ। ਜੇ ਇੰਨੀ ਜੁਰਤ ਦਾ ਮਾਲਕ ਹੁੰਦਾ ਇਹ NSA ਲੱਗਦੀ ਆ, ਕਿਹਨਾਂ 'ਤੇ ਲੱਗਦੀ ਆ, ਜਿਸ ਬੰਦੇ 'ਤੇ 57 ਦਾ ਪਰਚਾ ਵੀ ਨਾ ਹੋਵੇ ਉਹ 'ਤੇ ਆਪਾਂ NSA ਲਵਾਉਂਦੇ ਹਾਂ, ਤੁਸੀਂ ਆਪ ਹਿਸਾਬ ਲਾ ਲਓ ਵੀ ਇਹਨਾਂ 'ਤੇ ਉਹਨਾਂ 'ਚ ਕੀ ਫਰਕ ਕੀ ਆ। ਦੇਸ਼ ਨੂੰ ਜੇ ਜਿਹੜਾ ਬੰਦੇ ਦਾ ਦੇਸ਼ ਨੂੰ ਖਤਰਾ ਉੱਤੇ NSA ਲੱਗਦੀ ਆ, ਜਿਹੜੇ ਹੁਣ ਮੁੰਡੇ ਬਿਠਾਏ ਆ ਉੱਥੇ ਉਹਨਾਂ 'ਤੇ NSA ਦਾ ਕੋਈ ਮਤਲਬ ਹੀ ਨਹੀਂ ਹੈਗਾ। ਇਹ ਤਾਂ ਉਦੋਂ ਹੀ ਸਪਸ਼ਟ ਹੋ ਗਿਆ ਸੀ ਕਿ ਇਹ ਵੀ ਕੋਈ ਭਲਾ ਸੋਚਣ ਨਹੀਂ ਆਈ ਪੰਜਾਬ ਦਾ, ਪਰ ਜਿਹੜੀ ਸਿਆਸਤ ਆ ਉਹ ਗੰਦੀ ਆ। ਕੋਈ ਵੀ ਆ ਜਾਵੇ, ਸਿਆਸਤ ਕਦੇ ਵੀ ਲੋਕਾਂ ਦੇ ਭਲਾਈ ਲਈ ਨਹੀਂ ਆ ਸਕਦੀ। ਸੁਭ ਕਰਨ ਦੀ ਜੇਕਰ ਗੱਲ ਕਰ ਲਈਏ, ਹੋਰ ਵੀ ਕਿਸਾਨ ਨੇ ਜਿਹੜੇ ਇੱਥੇ ਸ਼ਹੀਦੀਆਂ ਪ੍ਰਾਪਤ ਕਰ ਗਏ, ਤੁਹਾਨੂੰ ਕੀ ਲੱਗਦਾ ਕਿ ਕਦੋਂ ਤੱਕ ਕਿਸਾਨ ਇਸ ਤਰ੍ਹਾਂ ਸ਼ਹੀਦੀਆਂ ਦਿੰਦੇ ਰਹਿਣਗੇ, ਕਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਇਸ ਤਰ੍ਹਾਂ ਕਦੋਂ ਤੱਕ ਹੁੰਦਾ ਰਹੂ? ਹਲੇ ਬਹੁਤ ਹੋਣਾ। ਦੇਖੋ ਸੰਘਰਸ਼ ਆ, ਜਾਂ ਸੰਘਰਸ਼ ਜਿੰਨਾ ਚਿਰ ਚੱਲਣਾ ਇਹ ਕੁਛ ਹੁੰਦਾ ਰਹਿਣਾ। ਜੇ ਇਹ ਪਹਿਲਾਂ ਆਪਾਂ 15 ਮਹੀਨੇ ਬੈਠੇ ਹਾਂ ਵਾਅਦੇ ਕਰਕੇ ਮੁੱਕਰ ਗਏ, ਅੱਗੇ ਵੀ ਜਿਹੜੀਆਂ ਆਉਣੀਆਂ ਉਹ ਵੀ ਇੱਦਾਂ ਦੀਆਂ ਗੌਰਮੈਂਟਾਂ ਆਉਣੀਆਂ, ਇਹ ਨਹੀਂ ਮੁੱਕਰਨਾ ਤਾਂ ਅਸੀਂ ਫੇਰ ਸੜਕਾਂ 'ਤੇ ਹੱਲ ਥੋੜ੍ਹੀ। ਜੇ ਇਹਨਾਂ ਨੂੰ ਇੰਨੀ ਦਰਦ ਹੋਵੇ ਜਨਤਾ ਪ੍ਰਤੀ ਹੈਗੇ, ਤਾਂ ਅਸੀਂ ਵੀ ਇਹ ਦੇਸ਼ ਦਾ ਹਿੱਸਾ ਹਾਂ, ਚਾਹੇ ਜਿਹੜਾ ਰਾਜਾ ਬੈਠਾ ਉਹਦੇ ਲਈ ਚਾਹੇ 1 ਲੱਖ ਬੰਦਾ ਹੋਵੇ, ਚਾਹੇ 10 ਬੰਦੇ ਹੋਣ, ਉਹਦਾ ਭਲਾ ਸੋਚਣਾ ਬਣਦਾ? ਚਾਹੇ ਸਾਨੂੰ ਕੋਈ ਵੀ ਨਾਮ ਦੇ ਦੇਵੇ, ਕੁਛ ਵੀ ਕਰੇ, ਅਸੀਂ ਇੱਥੇ ਬੈਠੇ ਸਾਡਾ ਦਰਦ ਤਾਂ ਜਾਣੇ ਆ ਕੇ ਅਸੀਂ ਕੀ ਹੰਢਾ ਰਹੇ ਹਾਂ। ਇੱਥੇ ਕਹਿਣਾ ਸੌਖਾ, ਘਰ ਰੂਮਾਂ 'ਚ ਬਹਿ ਕੇ ਗੱਲਾਂ ਮਾਰਨੀਆਂ ਸੌਖੀਆਂ, ਇਹ ਆ ਲੰਗਰ ਖਾ ਕੇ ਚੱਲ ਜਾਂਦੇ, ਉਹ ਖਾ ਕੇ ਚੱਲ ਜਾਂਦੇ ਆ ਕੁਛ, ਇੱਥੇ ਰਾਤ ਕੋਈ ਕੱਟ ਕੇ ਤਾਂ ਦੇਖੇ ਸਬਰ ਤਾਂ ਕੋਈ ਦੇਖੇ, ਕਰਕੇ ਤਾਂ ਦੇਖੇ ਕੋਈ ਸਬਰ।
ਜਦੋਂ ਗਿਣਤੀ ਦੀ ਗੱਲ ਕਰਦੇ ਹਾਂ ਕਿਸਾਨਾਂ ਦੀ ਗਿਣਤੀ ਬੜੀ ਆ ਤਾਂ, ਪਰ ਜਦੋਂ ਸਾਫ਼ ਸਫਾਈ ਦੇਖਦੇ ਹਾਂ ਕਿਤੇ ਵੀ ਇੱਕ ਬੋਤਲ ਤੱਕ ਜਿਹੜੀ ਹੈਗੀ ਆ ਉਹ ਡਿੱਗੀ ਤੁਹਾਨੂੰ ਨਜ਼ਰ ਨਹੀਂ ਆਉਂਦੀ, ਇਹ ਕਿਸ ਤਰ੍ਹਾਂ ਰੱਖਦੇ ਹੋ ਫਿਰ ਸਾਰਾ ਕਿਸਾਨ? ਇਹ ਵੀ ਸਾਡਾ ਘਰ ਹੀ ਆ, ਜੇ ਘਰ ਨੂੰ ਸਫਾਈ ਕਰਦੇ ਹਾਂ ਇੱਥੇ ਵੀ ਜ਼ਰੂਰੀ ਆ, ਚਾਹੇ ਪਾਣੀ ਸੁੱਟਦੇ ਹਾਂ, ਵਿਹੜਾ ਗਿੱਲਾ ਹੁੰਦਾ, ਘਰ ਜਾ ਕੇ ਜਾ ਕਹਿੰਦੇ ਹਾਂ ਜਾਂ ਕੋਈ ਚੀਜ਼ ਡਿੱਪ ਪਵੇ ਬੰਦਾ ਸਲਿੱਪ ਕਰ ਸਕਦਾ, ਸੱਟ ਲੱਗ ਸਕਦੀ ਆ, ਇਹ ਵੀ ਤਾਂ ਘਰ ਹੀ ਆ, ਇੱਥੇ ਹੀ ਬਜ਼ੁਰਗ ਬੈਠੇ ਆ, ਜਵਾਨ ਵੀ ਬੈਠੇ ਆ, ਸਾਰੇ ਬੈਠੇ ਆ, ਵੀ ਸਫਾਈ ਤਾਂ ਰੱਖਣਾ ਸਾਡਾ ਇੱਕ ਧਰਮ ਵੀ ਆ, ਸੁੱਚਮ ਦਾ ਕੰਮ ਵੀ ਆ, ਸੱਚਾਈ ਵੀ ਆ, ਸੱਚਾਈ ਸੁੱਚਮ ਤੋਂ ਸੱਚਾਈ ਮਿਲਦੀ ਆ, ਜੇ ਆਪਾਂ ਸੁੱਚਮ ਨਹੀਂ ਰੱਖਾਂਗੇ ਝੂਠ ਬੋਲੀ ਜਾਵਾਂਗੇ, ਸੁੱਚਮ ਦਾ ਮਤਲਬ ਕੀ ਆ? ਸ਼ੁੱਧਤਾ, ਜੇ ਆਪਾਂ ਝੂਠੇ ਹੀ ਬੋਲੀ ਜਾਣਾ ਜਾਂ ਕੋਈ ਵੀ ਸੱਚ ਦੀ ਸੋਚ ਦੀ ਗੱਲ ਕਰਵੱਛ ਅਭਿਮਾਨ ਚਲਾਉਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਮੰਨੇ ਗੰਦਾ ਰੱਖ ਕੇ ਤੁਸੀਂ ਝੂਠ ਬੋਲਦੇ ਆ। ਇਹ ਮੋਦੀ ਸਾਨੂੰ ਸੋਚਣਾ ਚਾਹੀਦਾ ਕਿ ਤੁਸੀਂ ਵਾਅਦੇ ਕਰਕੇ ਮੁੱਕਰ ਜਾਂਦੇ ਆ ਤਾਂ ਫਿਰ ਸਫਾਈ ਅਭਿਮਾਨ ਚਲਾਉਣ ਦਾ ਕੀ ਫਾਇਦਾ ਦੇਸ਼ ਦੇ ਵਿੱਚ? ਇਹ ਕਿਸਾਨ ਨੇ ਲਗਾਤਾਰ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਵਾਸ਼ਿੰਗ ਮਸ਼ੀਨ ਜਿਹੜੀਆਂ ਰੱਖੀਆਂ ਹੋਈਆਂ ਅਤੇ ਲਗਾਤਾਰ ਜਿਹੜੇ ਵੀ ਇੱਥੇ ਕਿਸਾਨ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਉਹਨਾਂ ਦੇ ਕੱਪੜੇ ਧੋਣ ਦੀ ਜਿਹੜੀ ਸੇਵਾ ਇਹਨਾਂ ਨੌਜਵਾਨਾਂ ਦੇ ਵੱਲੋਂ ਲਗਾਤਾਰ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਸਿੱਧੇ ਤੌਰ 'ਤੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੀਆਂ ਮੰਗਾਂ ਨੇ ਉਹ ਮੰਨ ਲਈਆਂ ਜਾਣ ਅਤੇ ਅਸੀਂ ਘਰਾਂ ਨੂੰ ਵਾਪਸ ਜਾਣ ਦੇ ਲਈ ਤਿਆਰ ਹਾਂ।